ਸੁੰਨੇ ਸੁੰਨੇ ਰਾਹਾਂ ਦੇ ਵਿੱਚ ਕੋਈ ਕੋਈ ਪੈੜ ਹੈ, ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ। ਕੁਝ ਦਿਨ ਪਹਿਲਾਂ ਪੰਜਾਬੀ ਸਾਹਿਤ ਦੇ ਮਸ਼ਹੂਰ ਸਾਹਿਤਕਾਰ ਸੁਰਜੀਤ ਪਾਤਰ ਜੀ ਦਾ ਦੇਹਾਂਤ ਹੋਇਆ ਸੀ। ਦੱਸ ਦਈਏ ਕਿ 11 ਤਰੀਕ ਨੂੰ, 11 ਮਈ ਨੂੰ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ ਸੀ ਤੇ 13 ਮਈ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉੱਥੇ ਹੀ ਦੱਸ ਦਈਏ ਕਿ ਅੱਜ ਅੰਤਿਮ ਰਸਮਾਂ ਨੇ ਜਿਹੜੀਆਂ ਉਹ ਨਿਭਾਈਆਂ ਜਾ ਰਹੀਆਂ ਨੇ, ਅੰਤਿਮ ਅਰਦਾਸ ਅੱਜ ਕੀਤੀ ਜਾ ਰਹੀ ਆ। ਤਸਵੀਰਾਂ ਇਸ ਸਮੇਂ ਗੁਰੂ ਘਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੱਸ ਦਈਏ ਕਿ ਇੱਥੇ ਮਸ਼ਹੂਰ ਸ਼ਖਸੀਅਤਾਂ ਨੇ ਜਿਹੜੀਆਂ ਉਹ ਵੀ ਪਹੁੰਚ ਰਹੀਆਂ ਨੇ, ਮਲਕੀਤ ਰੌਣੀ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ। ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਹੈ ਮਲਕੀਤ ਰੌਣੀ ਜੀ ਦਾ, ਉਹ ਇੱਥੇ ਪਹੁੰਚੇ ਨੇ। ਸੁਰਜੀਤ ਪਾਤਰ ਜੀ ਦਾ 11 ਮਈ ਨੂੰ ਦੇਹਾਂਤ ਹੋਇਆ ਸੀ ਅਤੇ 13 ਮਈ ਨੂੰ ਉਹਨਾਂ ਦੇ ਬੇਟੇ ਦੇ ਆਸਟ੍ਰੇਲੀਆ ਤੋਂ ਪਰਤਣ ਤੋਂ ਬਾਅਦ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਅੰਤਿਮ ਰਸਮਾਂ ਨੇ ਜਿਹੜੀਆਂ ਉਹ ਨਿਭਾਈਆਂ ਜਾ ਰਹੀਆਂ ਨੇ। ਇਸ ਸਮੇਂ ਗੁਰੂ ਘਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੰਤਿਮ ਅਰਦਾਸ ਅੱਜ ਹੋਵੇਗੀ। ਦੱਸ ਦਈਏ ਕਿ ਪੰਜਾਬ ਦੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਖਾਸ ਤੌਰ ਦੇ ਉੱਪਰ ਇੱਥੇ ਪਹੁੰਚ ਸਕਦੇ ਨੇ। ਸੁਰੱਖਿਆ ਨੂੰ ਲੈ ਕੇ ਪ੍ਰਬੰਧ ਆ ਜਿਹੜੇ ਪੁਖਤਾ ਕਰ ਦਿੱਤੇ ਗਏ ਨੇ ਤੇ ਤਸਵੀਰਾਂ ਇਸ ਸਮੇਂ ਗੁਰੂ ਘਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਰਜੀਤ ਪਾਤਰ ਜੀ ਦੀਆਂ ਲਿਖੀਆਂ ਲਾਈਨਾਂ ਜਿਹੜੀਆਂ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਹੋਣਗੀਆਂ। ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ, ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ। ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਘਰ ਸੀ, ਕੱਚੀਆਂ ਸੀ ਕੰਧਾਂ, ਉਹਦਾ ਥੋੜਾ ਜਿਹਾ ਡਰ ਸੀ। ਅੰਮੀ ਮੇਰੀ ਚਿੰਤਾ ਸੀ, ਬਾਪੂ ਮੇਰਾ ਡਰ ਸੀ, ਉਦੋਂ ਮੇਰੀ ਔਧ ਯਾਰੋ ਐਵੇਂ ਫੁੱਲ ਭਰ ਸੀ, ਜਦੋਂ ਦਾ ਸਾਡੇ ਨਾਲ ਖੁਸ਼ੀਆਂ ਨੂੰ ਬੈਰ ਹੈ। ਤਾਂ ਇਹ ਜਿਹੜੀਆਂ ਲਾਈਨਾਂ ਦੇਖ ਸਕਦੇ ਉੱਥੇ ਪਾਤਰ ਸਾਹਿਬ ਦੀਆਂ ਜੋ ਰਚਨਾਵਾਂ ਨੇ ਉਹ ਇੱਥੇ ਲਿਖ ਕੇ ਲਗਾਈਆਂ ਗਈਆਂ ਨੇ, ਬੋਰਡ ਆ ਜਿਹੜੇ ਲਿਖ ਕੇ ਲਗਾਏ ਗਏ ਆ। ਗੁਰੂ ਘਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੱਸ ਦਈਏ ਕਿ ਸੁਰਜੀਤ ਪਾਤਰ ਜੀ ਦਾ ਦੇਹਾਂਤ ਹੋਇਆ ਸੀ, ਇਸ ਤੋਂ ਬਾਅਦ ਉਹਨਾਂ ਦੇ ਬੇਟੇ ਦੇ ਆਸਟ੍ਰੇਲੀਆ ਦੇ ਪਰਤਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਅੱਜ ਗੁਰੂ ਘਰ ਦੇ ਵਿੱਚ ਅੰਤਿਮ ਅਰਦਾਸ ਹੈ ਜਿਹੜੀ ਉਹ ਹੋਵੇਗੀ। ਤੇ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਘਰ ਤੋਂ। ਤਾਂ ਮਲਕੀਤ ਰੌਣੀ ਜੀ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਦੱਸ ਦਈਏ ਕਿ ਜੋ ਪਾਤਰ ਸਾਹਿਬ ਦੀਆਂ ਲਿਖੀਆਂ ਰਚਨਾਵਾਂ ਨੇ ਜੋ ਇੱਥੇ ਬੋਰਡ ਦੇ ਰੂਪ ਵਿੱਚ ਲਗਾਈਆਂ ਗਈਆਂ ਨੇ ਉਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਮਲਕੀਤ ਰੌਣੀ ਜੀ ਇੱਕ ਵੱਡਾ ਨਾਮ ਨੇ ਪੰਜਾਬੀ ਇੰਡਸਟਰੀ ਦਾ। ਦੱਸ ਦਈਏ ਕਿ ਮਸ਼ਹੂਰ ਸ਼ਖਸੀਅਤਾਂ ਨੇ ਜਿਹੜੀਆਂ ਪਾਤਰ ਸਾਹਿਬ ਨੂੰ ਯਾਦ ਕਰਨ ਦੇ ਲਈ, ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪਹੁੰਚ ਰਹੀਆਂ ਨੇ। ਗੁਰੂ ਘਰ ਦੇ ਵਿੱਚ ਅੰਤਿਮ ਅਰਦਾਸ ਅੱਜ ਹੋ ਰਹੀ ਹੈ ਤੇ ਪੰਜਾਬ ਦੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਖਾਸ ਤੌਰ ਦੇ ਉੱਪਰ ਇੱਥੇ ਪਹੁੰਚ ਸਕਦੇ ਨੇ ਕਿਉਂਕਿ ਸੁਰੱਖਿਆ ਨੂੰ ਲੈ ਕੇ ਜਿਹੜੇ ਪ੍ਰਬੰਧ ਉਹ ਵੀ ਪੁਖਤਾ ਕਰ ਦਿੱਤੇ ਗਏ ਨੇ। ਤੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਸ਼ਰਧਾਂਜਲੀ ਆ ਜਿਹੜੀ ਉਹ ਭੇਂਟ ਕੀਤੀ ਜਾ ਰਹੀ ਆ। ਪਾਤਰ ਸਾਹਿਬ ਦੀ ਇੱਕ ਤਸਵੀਰ ਆ ਜਿਹੜੀ ਇੱਥੇ ਲਗਾਈ ਗਈ ਹੈ, ਇੱਕ ਪੇਂਟਿੰਗ ਇੱਥੇ ਰੱਖੀ ਗਈ ਆ। ਤਾਂ ਗੁਰੂ ਘਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੱਸ ਦਈਏ ਕਿ 11 ਮਈ ਨੂੰ ਪਾਤਰ ਸਾਹਿਬ ਦਾ ਦੇਹਾਂਤ ਹੋਇਆ ਸੀ, ਹਾਰਟ ਅਟੈਕ ਹੋਣ ਕਾਰਨ ਉਹਨਾਂ ਦਾ ਦੇਹਾਂਤ ਹੋਇਆ ਸੀ, ਜਿਸ ਤੋਂ ਬਾਅਦ 13 ਮਈ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਹਨਾਂ ਦੇ ਬੇਟੇ ਦੇ ਵਾਪਸ ਵਿਦੇਸ਼ ਤੋਂ ਵਾਪਸ ਪਰਤਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਂਦਾ ਤੇ ਉਸ ਦਿਨ ਸੀਐਮ ਮਾਨ ਵਿਸ਼ੇਸ਼ ਤੌਰ ਦੇ ਉੱਪਰ ਪਹੁੰਚਦੇ ਆ, ਸੀਐਮ ਮਾਨ ਦੇ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਜਾਂਦਾ ਤੇ ਅੱਜ ਅੰਤਿਮ ਅਰਦਾਸ ਦੇ ਵੇਲੇ ਵੀ ਪੰਜਾਬ ਦੇ ਸੀਐਮ ਇੱਥੇ ਪਹੁੰਚ ਸਕਦੇ ਆ। ਸੁਰੱਖਿਆ ਨੂੰ ਲੈ ਕੇ ਜਿਹੜੇ ਪ੍ਰਬੰਧ ਆ ਉਹ ਵੀ ਪੁਖਤਾ ਕਰ ਦਿੱਤੇ ਗਏ ਨੇ। ਤਾਂ ਅੰਤਿਮ ਅਰਦਾਸ ਅੱਜ ਹੋਵੇਗੀ, ਸ਼ਰਧਾਂਜਲੀ ਦੇਣ ਦੇ ਲਈ ਵੱਖੋ ਵੱਖਰੀਆਂ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ, ਭਾਵੇਂ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕ ਹੋਣ ਜਾਂ ਫਿਰ ਸਾਹਿਤ ਦੇ ਨਾਲ ਜੁੜੇ ਹੋਏ ਲੋਕ ਹੋਣ ਜਾਂ ਫਿਰ ਪੰਜਾਬ ਦੀਆਂ ਹੋਰ ਸ਼ਖਸੀਅਤਾਂ ਹੋਣ, ਕਿਸੇ ਵੀ ਵਰਗ ਨਾਲ ਸੰਬੰਧਿਤ ਲੋਕ ਹੋਣ, ਹਰ ਇੱਕ ਇਨਸਾਨ ਦੇ ਵੱਲੋਂ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖ ਦੁਲੇ।